ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਤੇ ਸਵਾਗਤ ਕਰਦਾ ਤੁਹਾਡਾ ਨਵੇਂ ਵਲੌਗ ਦੇ ਵਿੱਚ। ਤੇ ਆ ਮੇਰਾ ਭਰਾ, ਸਭ ਤੋਂ ਪਹਿਲਾਂ ਇਹਨੂੰ ਮਿਲੋ, ਸਿਕੰਦਰ ਬਰਾੜ। ਉਹ ਬਰਾੜ ਨਹੀਂ ਹੈਗਾ, ਮੈਂ ਲੱਗਿਆ ਬਰਾੜ ਦਾ। ਸਿਕੰਦਰ ਵੀਰ ਆਪਣਾ, ਇਹਦੇ ਵੀ ਗਾਣੇ ਆ ਰਹੇ। ਦੇਖੋ ਪਹਿਲਾਂ ਅਸੀਂ ਪੈਸੇ ਉਜਾੜ ਚੁੱਕੇ ਹਾਂ, ਹੁਣ ਮੈਨੂੰ ਲੱਗਦਾ ਇਹ ਕੋਲ ਥੋੜੇ ਹੋਰ ਆਏ ਹੋਣੇ। ਕਿਤੇ ਕੱਖ ਨੀ ਹੈਗਾ ਤੇ ਫੋਨ ਦਾ ਚਾਰਜਰ ਖਰਾਬ ਹੋ ਗਿਆ, ਫੋਨ ਦਾ ਚਾਰਜਰ ਸੈੱਟ ਕਰਾਉਣ ਚੱਲੇ ਆ ਅਸੀਂ। ਤੇ ਕੀ ਪਤਾ ਅਸੀਂ ਕਿਤੇ ਦਾ ਟੂਰ ਵੀ ਬਣਾ ਲਈਏ। ਕੁਛ ਸਾਡਾ ਪਤਾ ਨੀ ਹੁੰਦਾ ਦਿਨ ਦਿਹਾੜੇ ਅਸੀਂ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਹੀਂ। ਤੇ ਅੱਜ ਤੁਹਾਨੂੰ ਦੱਸਦੇ ਆ ਸਾਰਾ ਦਿਨ ਆਪਾਂ ਕੀ ਕਰਦੇ ਆ ਕੀ ਨਹੀਂ। ਲੋ ਜੀ ਹੁਣ ਗੱਡੀ ਚੱਲ ਗਈ 300 ਦੀ ਸਪੀਡ ਤੇ, ਚੱਲਦੀ ਨਾ ਫੇਰ। ਤੇ ਨਾਲੇ ਜੀ ਬਾਈ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਮੇਰੇ ਗਾਣੇ ਨੂੰ ਇੰਨਾ ਪਿਆਰ ਦਿੱਤਾ। ਤੇ ਜਿਨ੍ਹਾਂ ਨੇ ਮੇਰਾ ਗਾਣਾ ਨਹੀਂ ਸੁਣਿਆ, ਜਾ ਕੇ ਮੋਹਾਲੀ ਲਾਈਫ ਸਰਚ ਮਾਰੋ ਯੂਟਿਊਬ ਦੇ ਉੱਤੇ, ਤੇ ਗਾਣਾ ਆਜੂਗਾ। ਤੇ ਰੀਲਾਂ ਵੀ ਬਣਾਓ ਸਾਰੇ, ਤੇ ਅੱਗੇ ਤੁਹਾਨੂੰ ਦਿਖਾਉਣਾ ਮੈਂ। ਤੇ ਬਾਈ ਜੀ ਮੈਂ ਇੱਥੇ ਆਇਆ 7 ਫੇਸ ਦੇ ਵਿੱਚ, ਬਹੁਤ ਕੁਛ ਖਾਧਾ ਪੀਤਾ ਵੀ ਅਸੀਂ। ਤੇ ਮੈਂ ਵਿੱਚ ਭੁੱਲ ਗਿਆ ਸੀ ਵਲੌਗ ਬਣਾਉਣ ਦਾ, ਫੋਨ ਅਸੀਂ ਦੇ ਤਾ ਠੀਕ ਹੋਣੇ, ਕਹਿੰਦਾ 1.5 ਘੰਟਾ ਲੱਗ ਜਾਣਾ ਫੋਨ ਨੂੰ, ਤਾਂ ਇਸ ਕਰਕੇ ਆਪਾਂ ਬਾਹਰ ਘੁੰਮੀ ਜਾਂਦੇ ਹਾਂ ਕਿਤੇ। ਆਹ ਦੇਖੋ ਸਾਡੀ ਟੀਮ ਬੈਠੀ ਸਾਰੀ, ਭਰਾ ਸਾਡੇ। ਅਤੇ ਆਹ ਮਾਰਕੀਟ ਆ ਜੀ, ਅੱਗੇ ਜਾ ਕੇ ਅਸੀਂ ਮਾੜਾ ਜਿਹਾ ਕੰਮ ਕਰਨਾ ਸੀ ਆਪਣਾ ਕੋਈ ਇਸ ਮਾਰਕੀਟ ਦੇ ਵਿੱਚ। ਅਤੇ ਜੇ ਤੁਹਾਨੂੰ ਪਤਾ ਅਸੀਂ ਕਿਹੜਾ ਕੰਮ ਕਰਨਾ ਸੀ, ਥੱਲੇ ਕਮੈਂਟ ਮਾਰ, ਕਮੈਂਟ 'ਚ ਦੱਸੋ। ਵਲੌਗ ਭੁੱਲ ਗਿਆ ਸੀ ਬੰਦਾ ਬਣਾਉਣਾ, ਪਤਾ ਹੀ ਨਹੀਂ ਸੀ ਯਾਰ ਫੋਨ ਦੀ ਟੈਨਸ਼ਨ ਦੇ ਵਿੱਚ। ਫੋਨ ਨਵਾਂ ਲੈਣ ਲੱਗਾ ਸੀ, ਕਹਿੰਦਾ 37,000 ਦਾ, ਮੈਂ ਕਿਹਾ ਡੱਬਾ ਪੈਕ ਕਰ ਦੇ। ਚਲੋ ਠੀਕ ਆ ਭਾਅ ਜੀ, ਅੱਗੇ ਮਿਲਦੇ ਹਾਂ ਹੁਣ ਤੁਹਾਨੂੰ। ਪੈਰਾਂ 'ਤੇ ਪੈ ਗਏ ਬਾਈ ਛਾਲੇ ਤੁਰ ਤੁਰ ਕੇ। ਆਹ ਦੇਖੋ ਪੈਰ ਕਿੱਦਾਂ ਲਾ, ਉਹ ਭੈਣ ਤੋਂ ਸ਼ਿਖਰ ਪਿਆ ਹੋਵੇ ਪਰੇ ਕਰਨ। ਆਹ ਦੇਖੋ ਜੀ ਪੈਰਾਂ ਦਾ ਹਾਲ ਕੀ ਹੋ ਗਿਆ। ਚਲੋ ਕੋਈ ਚੱਕਰ ਨਹੀਂ, ਇਹ ਮੋਬਾਈਲ ਠੀਕ ਕਰਾਉਣਾ ਹੀ ਪੈਣਾ, ਕਿਉਂਕਿ ਤੁਹਾਨੂੰ ਪਤਾ ਫਿਰ ਵੀਡੀਓ ਬਣਦੀਆਂ ਨਹੀਂ ਸਾਡੇ ਬਿਨਾਂ ਮੋਬਾਈਲ ਤੋਂ। ਤੂੰ ਵੀ ਫੜ ਲਾ। ਇਹ ਸਾਡੇ ਮੋਹਾਲੀ ਦੀ ਮਾਰਕੀਟ ਆ, ਜੱਟ ਘੁੰਮਦਾ ਮੋਹਾਲੀ, ਪਿੱਛੇ ਕੋਈ ਨਹੀਂ ਲੱਗਿਆ। ਇਸ ਟਾਈਮ ਤਾਂ ਧੁੱਪ ਐਡੀ ਆ, ਅਤੇ ਮੇਰੇ ਪਿੱਛੇ ਤਾਂ ਇਸ ਟਾਈਮ ਆਹੀ ਪਿਆ ਆ। ਕਿਉਂ ਵੀ ਮਿੱਤਰਾ, ਓ ਹੋ ਬਿੱਲਾ, ਉਹ ਲੱਗ ਵੀ ਬਿੱਲਾ ਹੀ ਰਿਹਾ। ਆਹ ਬਿੱਲੇ ਦੀ ਨਿੱਕ ਪਜਾਮੀ ਜੀ ਕਿੱਥੇ ਰਹਿ ਗਈ। ਅਤੇ ਹੁਣ ਅਸੀਂ ਮੋਬਾਈਲ ਵਾਲੇ ਕੋਲ ਚੱਲੇ ਹਾਂ ਵਾਪਸੀ, ਅਤੇ ਦੇਖੋ ਮੋਬਾਈਲ ਵਾਲਾ ਸਾਨੂੰ ਕਿੰਨਾ ਟਾਈਮ ਹੋਰ ਦੱਸਦਾ। ਸਾਰੀ ਦੁਪਹਿਰ ਲੋਕ ਸੁਣਦੇ ਹਾਂ ਅਸੀਂ ਭੈਣ ਚੋਂ, ਤਰੀ ਵੀ ਘੁੰਮ ਰਹੇ ਹਾਂ। ਸਵੇਰ ਕਿੰਨੇ ਵਜੇ ਦੇ ਆਏ ਵੀ ਦੱਸ ਦੇ। ਆਪਾਂ ਆਏ ਹੁਣ 12 ਵਜੇ ਦੇ, 12 ਵਜੇ ਦੇ ਆਏ ਹਾਂ, 3:30-4 ਵੱਜ ਗਏ। ਗੱਡੀ ਆਪਾਂ ਉਹ ਲਾਈ ਆ, ਉਹ ਦੇਖੋ ਪੈਰਾਂ 'ਚ ਪੈ ਗਏ ਛਾਲੇ। ਇਹ ਸਾਡਾ ਮੋਹਾਲੀ 7 ਫੇਸ, ਇੱਥੇ ਧੁੱਪੇ ਨਾ ਆਇਓ, ਬਹੁਤ ਗਰਮੀ ਆ। ਇੰਨੀ ਗਰਮੀ ਤਾਂ ਆਪਾਂ ਨੂੰ ਆਪਣੇ ਫਲੈਟ 'ਤੇ ਨਹੀਂ ਲੱਗਦੀ ਯਾਰ। ਤੂੰ ਕਹਿੰਦਾ ਗੋਆ ਜਾਣਾ ਮੈਂ ਘੁੰਮਣ, ਗੋਆ ਜਾਵਾਂਗੇ, ਬੀਚ 'ਤੇ ਨਹਾਵਾਂਗੇ ਨੰਗੇ। ਲਓ ਜੀ ਮੋਬਾਈਲ ਵਾਲੇ ਗੋਆ ਗਏ ਆਪਾਂ ਫੇਰ, ਮੋਬਾਈਲ ਜਿੱਥੇ ਸੈੱਟ ਹੋਣ ਦਿੱਤਾ ਹੋਇਆ। ਅਤੇ ਹਲੇ ਟਾਈਮ ਉੱਦਾਂ ਲੱਗੂਗਾ, ਪੱਖੇ ਥੱਲੇ ਆ ਕੇ ਸਵਾਦ ਆ ਰਿਹਾ ਪੂਰਾ। ਕਿੱਥੇ ਗਏ ਹੋਏ? ਇੱਥੇ ਬਹਿ ਜਾ ਯਾਰ, ਫਿਰ ਥੋੜ੍ਹੀ ਦੇਰ ਰੀਚਾਰਜ ਕਹਿੰਦੇ ਕਰ ਲਓ। ਕੀ ਕਰੀਏ ਬਾਈ, ਦੇਖੋ ਬਾਈ ਜੇ ਤੁਸੀਂ ਕਵਰ ਲੈਣੇ ਇੱਥੋਂ ਲਿਆ ਸਕਦੇ ਹੋ, ਬਾਹਲੇ ਕਵਰ ਆ ਇਹਨਾਂ ਕੋਲ, ਪਰ ਸਾਡੇ ਫੋਨ ਦਾ ਹੈ ਨਹੀਂ ਉਹ ਗੱਲ ਵਾਕਰੀ ਆ। ਲਓ ਬਾਈ ਮੋਬਾਈਲ ਆਪਾਂ ਲਿਆਂਦਾ, ਮੋਬਾਈਲ ਵਿਚਾਰਾ ਬਾਹਲਾ ਪੱਟੀਆਂ ਪੁੱਟੀਆਂ ਕਰਾ ਕੇ ਪਲਸਤਰ ਪਲੁਸਤਰ ਹੋ ਕੇ ਆਇਆ। ਅਤੇ ਆਹ ਮੋਬਾਈਲ, ਲੱਖ ਮੇਰੇ ਕੋਲ ਆਈਫੋਨ ਆ, ਪਰ ਬਾਈ ਆਹ ਮੋਬਾਈਲ ਤੋਂ ਬਿਨਾਂ ਮੇਰਾ ਜਮਾਂ ਹੀ ਨਹੀਂ ਹੈਗਾ ਸਰਦਾ। ਅਤੇ ਆਹ ਮੋਬਾਈਲ ਤੋਂ ਬਿਨਾਂ ਮੈਂ ਕੱਖ ਨਹੀਂ ਹੈਗਾ, ਕਿਉਂਕਿ ਇਹ ਮੋਹਾਲੀ ਸ਼ਹਿਰ 'ਚ ਸਾਨੂੰ ਇਹੀ ਰੱਖ ਰਿਹਾ ਹੈ ਨਾ। ਯੈਸ ਯੂ ਆਰ ਰਾਈਟ। ਹੁਣ ਅਸੀਂ ਚੱਲੇ ਹਾਂ ਫਲੈਟ ਨੂੰ, ਅਤੇ ਫਲੈਟ ਦੇ ਵਿੱਚ ਜਾ ਕੇ ਏਸੀ ਲਾ ਕੇ ਸ਼ੁਭਮ ਭਾਜੀ ਦਾ ਆਪਣਾ ਨਹੀਂ, ਸ਼ੁਭਮ ਭਾਜੀ ਦਾ ਏਸੀ ਲਾ ਕੇ ਆਪਾਂ ਥੋੜਾ ਅੱਧਾ ਘੰਟਾ ਰੈਸਟ ਕਰਨੀ ਆ। ਨੈਸ਼ਨਲ ਸੀਪ ਖੇਡਣੀ ਹੈ, ਸੀਪ ਖੇਡਣੀ, ਭਾਬੀ ਖੇਡਾਂਗੇ ਭਾਬੀ। ਤੇ ਫਿਰ ਥੋੜੀ ਦੇਰ ਬਾਅਦ ਬਿੱਲੇ ਨੂੰ ਫੋਨ ਕਰਕੇ ਬਿੱਲੇ ਨੂੰ ਬੁਲਾਵਾਂਗੇ। ਤੇ ਨਾਲੇ ਮੇਰਾ ਗਾਣਾ ਆਇਆ ਬਾਈ, ਗਾਣਾ ਜਰੂਰ ਸੁਣਿਓ, ਜਾ ਕੇ ਮੋਹਾਲੀ ਲਾਈਵ ਸਰਚ ਮਾਰਿਓ, ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜਲਦੀ ਤੋਂ ਜਲਦੀ, ਕਿਉਂਕਿ ਅਗਲੇ ਗਾਣੇ ਆਪਾਂ ਇੱਥੇ ਵੀ ਪਾਉਣੇ ਆ। ਹੋਰ ਚਲੋ ਦੱਸਦਾ ਤੁਹਾਨੂੰ, ਉਹ ਮੇਰੀ ਇਹਨਾਂ ਨੇ ਲੈਮੀਨੇਸ਼ਨ ਵੀ ਲਾਤੀ ਯਾਰ ਪਿੱਛੋਂ, ਇਹ ਤਾਂ ਫੁੱਦੂ ਕੰਮ ਕਰਤਾ। ਚਲੋ ਕੋਈ ਚੱਕਰ ਨਹੀਂ, ਲੈਮੀਨੇਸ਼ਨ ਫਿਰ 100-150 ਰੁਪਏ ਦੀ ਹੋਣੀ, ਆਪਾਂ ਕਰਾ ਲੈਣੀ ਆ। ਅਤੇ ਕਿਤੇ ਕਿਤੇ ਮੈਸੇਜ ਆਇਆ, ਅਰਬਨ ਪੇਂਡੂ ਭਾਅ ਜੀ ਕੀ ਕਹੀ ਜਾਂਦੇ ਆ, ਅਤੇ ਅਰਬਨ ਪੇਂਡੂ ਭਾਅ ਜੀ ਇਹਦਾ ਗਾਣਾ ਕਰ ਦਿਓ ਜੇ ਤੁਸੀਂ ਮੇਰਾ ਵਲੌਗ ਦੇਖਦੇ ਹੋ, ਕਿਉਂਕਿ 1.5 ਸਾਲ ਹੋ ਗਿਆ ਇਹਦੇ ਗਾਣੇ ਦਾ ਸ਼ੂਟ ਹੋਇਆ ਪਿਆ। 1.5 ਸਾਲ ਹਾਂ, ਅਤੇ ਤੁਸੀਂ ਮੇਰੀ ਜ਼ਿੰਮੇਵਾਰੀ ਦੇ ਬੰਦੇ ਨੇ ਤੁਹਾਡੇ ਤੋਂ ਗਾਣਾ ਕਰਾਇਆ ਜੀ,
ਹਾਲੇ ਤੱਕ ਗਾਣਾ ਨਹੀਂ ਕਰਦੇ ਤੇ ਮੈਨੂੰ ਹਾਲੇ ਤੱਕ ਲਾਂਤਾ ਪਾਉਂਦੇ ਆ ਤੇ ਤੁਸੀਂ ਜਲਦੀ ਤੋਂ ਜਲਦੀ ਭਾਜੀ ਦਾ ਗਾਣਾ ਕਰੋ ਤੇ ਭਾਜੀ ਤਾਂ ਕਿ ਅੱਗੇ ਰੇੜੀ ਲਾਣ ਤੋਂ ਬਚਣ ਠੀਕ ਆ ਚਾਂਪਾ ਦੀ ਰੇੜੀ ਨੇ ਖੋਲਣੀ ਸੀ ਬੰਦੇ ਨੇ ਤੇ ਪਰ ਹੁਣ ਖੋਲ ਨਹੀਂ ਪਾਇਆ ਕਿ ਖੋਲ ਨਹੀਂ ਪਾਇਆ ਕਿਉਂਕਿ ਦੋ ਗਾਣੇ ਸ਼ੂਟ ਹੋ ਗਏ ਆ ਬਸ ਆਣੇ ਹੀ ਆ ਗਾਣੇ ਜਦੋਂ ਵੀ ਆਏ ਤੇ ਉਹ ਵੀ ਤੁਸੀਂ ਸ਼ੇਅਰ ਕਰਿਓ ਸਿਕੰਦਰ ਮੁੰਡੇ ਦਾ ਨਾਮ ਆ ਇੰਸਟਾ ਆਈ ਡੀ ਦੱਸ ਦਿੰਦਾ ਤੁਹਾਨੂੰ ਦਸਕੰਦਰ ਕਿਹੜਾ ਦਸ ਸਿਕੰਦਰ ਓ ਸਿਕੰਦਰ ਕੋਈ ਤਾਂ ਹੋਊਗਾ ਆ ਸੁਨੰਦਾ ਸ਼ਰਮਾ ਦਾ ਘਰ ਆ ਤੇ ਆਹ ਘਰ ਹੈਗਾ ਸਿਕੰਦਰ ਦਾ ਜੀ ਤੇ ਆਹ ਘਰ ਆ ਜੀ ਆਪਣੇ ਨੀਟੂ ਸ਼ਟਰਾਂ ਵਾਲੇ ਦਾ ਤੇ ਆਹ ਘਰ ਹੈਗਾ ਜੈਜੀ ਵੀ ਭਾਜੀ ਦਾ ਇਹ ਸਾਰੇ ਇਕੱਠੇ ਰਹਿੰਦੇ ਨੇ ਗਾਣੇ ਗੁਣੇ ਆਪਣੇ ਅੱਧੀ ਸ਼ੇਅਰ ਸ਼ੂਅਰ ਕਰਾ ਲੈਂਦੇ ਆ ਤੂੰ ਲੈ ਕੇ ਕਿੱਥੇ ਚੱਲਾਂ ਇਧਰੋਂ ਮੈਂ ਤੈਨੂੰ ਵਾਪਸ ਲੈ ਕੇ ਚੱਲਾਂ ਜਿੱਧਰੋਂ ਆਏ ਆ ਠੀਕ ਆ ਵੀ ਭੈਣ ਤੂੰ ਪੜਕੇ ਖੜਨਾ ਆਪਾਂ ਓਕੇ ਚਲੋ ਫੇਰ ਜਲਦੀ ਤੇ ਜਿਵੇਂ ਕਿ ਬਾਈ ਉਹ ਸਾਹਮਣੇ ਆਪਣੇ ਸ਼੍ਰੀ ਗੁਰਦੁਆਰਾ ਸਾਹਣਾ ਸਾਹਿਬ ਜੀ ਤੇ ਇਹ ਇੱਥੇ ਮੋਹਾਲੀ ਦਾ ਮੇਨ ਗੁਰਦੁਆਰਾ ਤੇ ਸਿੱਧਾ ਹੋਮਲੈਂਡ ਦੇ ਸਾਹਮਣੇ ਪੈਂਦਾ ਹੈ ਤੇ ਮੱਥਾ ਟੇਕਦੇ ਹਾਂ ਸਤਿ ਸ਼੍ਰੀ ਅਕਾਲ ਜੀ ਉਹ ਪੁਲਿਸ ਖੜੀ ਹੈ ਨਾਕਾ ਲਾ ਕੇ ਤੇ ਗੱਡੀ ਪਾਈ ਧਿਆਨ ਨਾਲ ਦੁਬਾਰਾ ਖਰਾਬ ਇਹ ਫੋਨ ਮੰਗਦਾ 37,000 ਰੁਪਇਆ ਕਿਉਂਕਿ ਇਹ ਫੋਨ ਆਪਾਂ ਜਿਹਨੂੰ ਲਾਈਏ ਫੋਨ ਕੱਟ ਹੋਈ ਜਾਂਦਾ ਆਪ ਹੀ ਤੇ ਹੁਣ ਆਪਾਂ ਕੋਈ ਦੁਬਾਰਾ ਚੱਲੇ ਆ ਤੇ ਫਿਰ ਜਾ ਕੇ ਦੱਸਦੇ ਆ ਤੁਹਾਨੂੰ ਤੇ ਮੈਂ ਲੈ ਕੇ ਗਿਆ ਸੀ ਮੋਬਾਈਲ ਵਾਲੇ ਕੋਲ ਵਧੀਆ ਬੰਦੇ ਕੋਲੇ ਲੈ ਕੇ ਗਿਆ ਸੀ ਪਰ ਇਹਨੂੰ ਮੈਂ ਕੀ ਕਰਾਂ ਦੀ ਸ਼ਕਲ ਦੇਖ ਕੇ ਬੰਦੇ ਨੇ ਫੋਨ 'ਚ ਨੁਕਸ ਕੱਢਤਾ ਤੇ ਹੁਣ ਮਿੱਤਰੋ ਅਸੀਂ ਦੁਕਾਨ 'ਤੇ ਪਹੁੰਚ ਕੇ ਬਾਈ ਉਹਨਾਂ ਦੇ ਇੱਥੇ ਦੁਬਾਰਾ ਫੋਨ ਸੈੱਟ ਕਰਾ ਰਹੇ ਹਾਂ ਅਤੇ ਬਾਈ ਦੁਬਾਰਾ ਫੋਨ ਸੈੱਟ ਕਰੀ ਜਾਂਦਾ ਐਸਾ ਬਾਈ ਮੋਬਾਈਲ ਸੈੱਟ ਕਰਾਉਣ ਆਇਆ ਦੂਜੀ ਵਾਰ ਅੰਕਲ ਤੋਂ ਅਸੀਂ ਚਾਹ ਪੀਣ ਆ ਗਏ ਅਤੇ ਮੋਬਾਈਲ ਫਿਰ ਖਰਾਬ ਹੋ ਗਿਆ ਫਿਰ ਉਹ ਬੰਦੇ ਕੋਲ ਜਾਣਾ ਜੀ ਦੁਬਾਰਾ ਚਲਦੇ ਚਲਦੇ ਮੋਬਾਈਲ ਫਿਰ ਖਰਾਬ ਹੋ ਗਿਆ ਮੈਨੂੰ ਲੱਗਦਾ ਮੇਰੇ ਪੈਸੇ ਲਵਾਊਗਾ ਮੋਬਾਈਲ ਨਵਾਂ ਲੈਣਾ ਪੈਣਾ ਆ ਇਹਨੂੰ ਚੈੱਕ ਕਰੋ ਆਈ ਲਵ ਮੋਹਾਲੀ ਜੱਟ ਘੁੰਮਦਾ ਮੋਹਾਲੀ ਪਿੱਛੇ ਓਕੇ ਤੇ ਹੁਣ ਅਸੀਂ ਚੱਲੇ ਹਾਂ ਬਾਈ ਦੁਬਾਰਾ ਮੋਬਾਈਲ ਵਾਲੇ ਕੋਲ ਅਤੇ ਦੁਬਾਰਾ ਮੋਬਾਈਲ ਵਾਲੇ ਕੋਲ ਜਾ ਕੇ ਉਹਦਾ ਨੰਬਰ ਲੈ ਕੇ ਆਵਾਂਗੇ ਜੇ ਫਿਰ ਨਾ ਠੀਕ ਹੈ ਫਿਰ ਟਕੇ ਟਕੇ ਦੀ ਗਾਲਾਂ ਕੱਢਾਂਗੇ ਫੋਨ ਨਵਾਂ ਲੈਣਾ ਪੈ ਗਿਆ ਤੇ ਮਿੱਤਰੋ ਫੋਨ ਸੈੱਟ ਹੋਇਆ ਨਹੀਂ ਤੇ ਫੋਨ ਨਵਾਂ ਲੈ ਲਿਆ ਸੀ ਤੇ ਵੀਵੋ V23 ਉੱਦਾਂ ਜਿਹੜਾ ਇਹ ਫੋਨ ਆ ਨੈੱਟ 'ਤੇ ਹੈਗਾ 43,000 ਰੁਪਏ ਦਾ ਅਤੇ ਸਾਨੂੰ 40,000 ਰੁਪਏ ਦਾ ਫੋਨ ਪਿਆ ਇਹ ਅਤੇ ਹੁਣ ਇਹਨੂੰ ਮੈਂ ਘਰ ਜਾ ਕੇ ਚਲਾ ਕੇ ਦੇਖੂੰਗਾ ਕਿ ਕਿਵੇਂ ਦਾ ਫੋਨ ਆ ਇਹ 40,000 ਰੁਪਇਆ ਮੇਰਾ ਇੱਕ ਚਾਰਜਰ ਨੇ ਖਰਾਬ ਕਰਤਾ ਜਿਹੜਾ ਮੇਰਾ ਫੋਨ ਦਾ ਚਾਰਜਰ ਨਹੀਂ ਲੱਗਦਾ ਪਿਆ ਸੀ ਉਹਨੇ ਮੈਂ ਅੱਗ ਜਾਂਦਾ ਬਹੁਤ ਜਲਦੀ ਅਤੇ ਹੁਣ ਆਪਾਂ ਇਹਨੂੰ ਘਰ ਜਾ ਕੇ ਚਲਾ ਕੇ ਦੇਖਾਂਗੇ ਤੇਰਾ ਕੈਮਰਾ ਕੁਮਰਾ ਦਿਖਾਊਂਗਾ ਉਹਨੂੰ ਘਰ ਜਾ ਕੇ ਕਿਵੇਂ ਵਧੀਆ ਰਿਹਾ ਤਾਂ 40,000 ਹੋਰ ਮਿਲਣਾ ਇਹਨਾਂ ਨੂੰ ਮਤਲਬ ਕਿ ਮੈਂ ਵੀ ਲੈ ਲੈਣਾ ਜਿੰਨਾ ਮਹਿੰਗਾ ਫੋਨ ਲਿਆ ਸਾਲਾ ਉਨਾ ਮਹਿੰਗਾ ਦਾ ਗਲਾਸ ਗਾਰਡ ਆ ਦੇ ਲਓ ਗਲਾਸ ਗਾਰਡ ਕਿੱਦਾਂ ਲੱਗਦਾ ਭਾਈ ਦਿਖਾ ਇਹਨੂੰ ਗਲਾਸ ਗਾਰਡ ਦੇ ਨਾਲ ਕੀ ਕੀ ਮਿਲਿਆ ਇੱਕ ਖਾਲੀ ਗੱਤਾ ਪੋਚਾ ਇੱਕ ਆ ਟੂਟੀ ਇੱਕ ਆ ਪਤਾ ਨਹੀਂ ਕਿਹੜਾ ਪੈ ਗਿਆ ਇੱਕ ਉਹ ਲਾਈਟ ਤੇ ਬਾਅਦ ਚ ਗਲਾਸ ਗਾਰਡ ਲੱਗਣ ਤੋਂ ਬਾਅਦ ਹਫਤੇ ਬਾਅਦ ਇਹ ਕੰਡੀਸ਼ਨ ਆਉਂਦੀ ਸੰਗਰ ਫੋਨ ਦੀ ਪਾਰਟੀ ਦਿੱਤੀ ਜਾ ਰਹੀ ਹੈ ਜੀ ਤੇ ਕੁਲਚੇ ਖਵਾਉਣ ਲੱਗਾ ਮੈਂ ਇਹਨਾਂ ਨੂੰ ਮੈਂ ਨਹੀਂ ਮੈਂ ਤੇ ਚੱਲ ਸਾਲਿਆ ਹਰ ਵਾਰ ਮੈਂ ਚੱਲ ਚਵਲਾ 60 ਰੁਪਏ ਗੂਗਲ ਪੇ ਕਰੇ ਉਧਰ ਭਾਜੀ ਨੂੰ ਫੋਨ ਆ ਗਿਆ ਕਿਤੋਂ ਭਾਜੀ ਬਹੁਤ ਟੇਸਟੀ ਕੁਲਚਾ ਬਣਾਉਣਾ ਮੈਂ ਹਾਂਜੀ ਮੈਂ ਕਹਿੰਦਾ ਕੁਲਚੇ ਵਰਗਾ ਮੂੰਹ ਇਹਦਾ ਵੀ ਚੈੱਕ ਕਰੋ ਫਿਰ ਸੇ ਟਮਾਟਰ ਵਰਗਾ ਕਿੰਨਾ ਮੈਂ ਸਮਾਰਟ ਹਾਂਜੀ ਦੋਸਤੋ ਮੈਂ ਪਹੁੰਚ ਚੁੱਕਾ ਘਰੇ ਮਤਲਬ ਫਲੈਟ ਪਹੁੰਚ ਚੁੱਕਾ ਤੇ ਮੈਂ ਜਿਹੜਾ ਫੋਨ ਲੈ ਕੇ ਆਇਆ ਸੀਗਾ ਤੁਹਾਨੂੰ ਦਿਖਾ ਰਿਹਾ ਆ ਦੇਖੋ ਆਹ ਫੋਨ ਲੈ ਕੇ ਆਇਆ ਸੀ ਮੈਂ ਮੇਰੇ ਲਈ ਇਹ ਜਿਹੜਾ ਫੋਨ ਦਾ ਪ੍ਰਾਈਜ਼ ਆ ਉਹ ਹੈਗਾ 40,000
40,000 ਰੁਪਏ ਦਾ ਬਾਈ ਉਦਾਂ ਇਹ ਨੈਟ ਤੇ ਹੈਗਾ 43,000 ਕੁਛ ਰੁਪਏ ਦਾ ਤੇ ਮੈਂ 40,000 ਰੁਪਏ ਦਾ ਲੈ ਗਿਆ ਤੇ ਤੁਹਾਨੂੰ ਮੈਂ ਇਹਦੀਆਂ ਫੋਟੋਆਂ ਦਿਖਾਉਣਾ ਖਿੱਚ ਕੇ ਦੇਖਾਂ ਇਹਦੀ ਕਲੈਰਿਟੀ ਆ ਸਹੀ ਆ ਇਹ ਇੱਦਾਂ ਜ਼ੂਮ ਮਾਰਦਾ ਇਹ ਵਾਈਡ ਐਂਗਲ ਤੇ ਫਰੰਟ ਕੈਮਰਾ ਇਹਦਾ ਸੋ ਫਰੰਟ ਕੈਮਰਾ ਵੀ ਤਾਂ ਵਧੀਆ ਆ ਅਤੇ ਤੁਸੀਂ ਵੀ ਲਓ ਜੇ ਇੰਨੇ ਪੈਸੇ ਖਰਚ ਸਕਦੇ ਹੋ 40,000 ਰੁਪਇਆ ਤੁਸੀਂ ਆਈਫੋਨ ਲਓ 40,000 ਰੁਪਏ ਦੇ ਵਿੱਚ ਕਿਉਂਕਿ ਮੈਨੂੰ ਤਾਂ ਇਹਦੀ ਜ਼ਰੂਰਤ ਸੀਗੀ ਮੈਂ ਤਾਂ ਲਿਆ ਅਤੇ ਤੁਸੀਂ ਆਈਫੋਨ ਲਿਓ ਬਾਈ ਇੰਨੇ ਪੈਸੇ ਤਾਂ ਨਾ ਬਰਬਾਦ ਕਰ ਅਤੇ ਤੁਹਾਨੂੰ ਇਹਦੀ ਮੈਂ ਬੈਕ ਲੁੱਕ ਵੀ ਦਿਖਾ ਦਿੰਦਾ ਸ਼ੀਨੂ ਆ ਕਵਰ ਖੋਲ੍ਹੀ ਪਿਆਰ ਸੇ ਖੋਲੋ ਨਾ 40,000 ਰੁਪਇਆ ਹੈ ਓ ਮਾਈ ਗੋਡ ਤੇ ਇਹਦੇ ਵਿੱਚ ਤਿੰਨ ਰੰਗ ਆਉਂਦੇ ਆ ਇੱਕ ਗੋਲਡਨ ਵੀ ਆਉਂਦਾ ਗੋਲਡਨ ਜਿਹੜਾ ਆਉਂਦਾ ਹਲਕਾ ਪਿਆ ਪੂਰਾ ਫੋਨ ਜਿਹੜਾ ਗੋਲਡਨ ਆਉਂਦਾ ਉਹ ਤੁਸੀਂ ਰੰਗ ਬਰੰਗਾ ਆ ਬਾਹਰ ਧੁੱਪੇ ਲੈ ਕੇ ਜਾਓਗੇ ਹਰਾ ਹੋ ਜੂਗਾ ਛਾਵੇਂ ਰੱਖੋਗੇ ਗੋਲਡਨ ਹੋ ਜੂਗਾ ਆਹ ਕੀ ਖੁੱਲ੍ਹ ਗਿਆ ਜੋਸ਼ ਖੁੱਲ੍ਹ ਗਿਆ ਚਾਈਨੀਜ਼ ਐਪਸ ਅਤੇ ਚਲੋ ਠੀਕ ਆ ਦੋਸਤੋ ਜੀ ਅਤੇ ਹੁਣ ਮੈਂ ਫਲੈਟ ਆ ਗਿਆ ਹੁਣ ਮੈਂ ਸਵੇਰ ਦਾ ਬਹੁਤ ਤੰਗ ਹੋ ਚੁੱਕਾ ਅਤੇ ਆਹ ਵਾਲਾ ਜਿਹੜਾ ਫੋਨ ਆ ਆਹ ਫੋਨ ਦਾ ਹਾਲ ਚੈੱਕ ਕਰ ਸਕਦੇ ਹੋ ਤੁਸੀਂ ਆਹ ਦੇਖੋ ਫੋਨ ਦਾ ਮੈਂ ਖੁਦ ਨਹੀਂ ਤੋੜਾ ਉੱਥੇ ਤੇ ਚਲੋ ਜੀ ਦੋਸਤੋ ਹੁਣ ਮੈਂ ਸੋਵਾਂ ਖਾ ਪੀ ਕੇ ਤੁਹਾਨੂੰ ਪਤਾ ਹੀ ਹੈ ਮੈਂ ਕਿੰਨਾ ਦੁਖੀ ਹੋਇਆ ਰਾਤ ਦੇ 12:30 ਹੋ ਗਏ ਮੈਂ ਹੁਣ ਪਹੁੰਚਿਆ ਘਰੇ ਸੋ ਜੇ ਵਲੋਗ ਨੂੰ ਚੰਗਾ ਲੱਗਿਆ ਲਾਈਕ ਕਰਦੇ ਕਮੈਂਟ ਕਰਦੇ ਸਬਸਕ੍ਰਾਈਬ ਕਰਦੇ।